ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਪਰਮਿੰਦਰਜੀਤ ਸਿੰਘ ਬਹਾਦਰ ਹਾਂ, ਨਵੇਂ ਵਿਖੇ ਨਵੇਂ ਵੀਡੀਓ ਦੇ ਨਾਲ। ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਕਰਮ ਸਿਧਾਂਤ ਦੇ ਨਾਲ ਜੁੜਿਆ ਹੋਇਆ ਹੈ। ਜੋ ਅਸੀਂ ਬੀਜਾਂਗੇ, ਜੋ ਅਸੀਂ ਕਰਮ ਕਰਾਂਗੇ, ਉਸ ਦੇ ਨਾਲ ਜੁੜਿਆ ਹੋਇਆ ਹੈ। ਜੋ ਅਸੀਂ ਰੋਜ਼ਾਨਾ ਜੀਵਨ ਦੇ ਵਿੱਚ ਜੋ ਆਪਣੇ ਕਰਮ ਕਰਦੇ ਹਾਂ, ਚੰਗੇ ਜਾਂ ਮਾੜੇ, ਉਸਦੇ ਹਿਸਾਬ ਦੇ ਨਾਲ ਜੁੜਿਆ ਹੋਇਆ ਹੈ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਕਰਮਾਂ ਦਾ ਫਲ ਨਹੀਂ ਮਿਲਦਾ। ਕਰਮਾਂ ਦਾ ਫਲ ਮਿਲਦਾ ਹੈ ਜਦੋਂ ਅਸੀਂ ਕੋਈ ਕਰਮ ਬੀਜਦੇ ਹਾਂ ਜਾਂ ਕੁਛ ਮਾੜਾ ਕਰਦੇ ਹਾਂ, ਤਾਂ ਜਦੋਂ ਅਸੀਂ ਆਪਣੇ ਹੰਕਾਰ ਦੇ ਵਿੱਚ ਬਹੁਤ ਕੁਛ ਮਾੜਾ ਕਰ ਦਿੰਦੇ ਹਾਂ, ਬਹੁਤ ਕੁਛ ਅਸੀਂ ਲੋਕਾਂ ਦਾ ਬੁਰਾ ਸੋਚਦੇ ਹਾਂ, ਪਰ ਜਦੋਂ ਅਸੀਂ ਇਹਨਾਂ ਕਰਮਾਂ ਦਾ ਹਿਸਾਬ ਦੇਣ ਦੀ ਵਾਰੀ ਆਉਂਦੀ ਹੈ, ਉਦੋਂ ਅਸੀਂ ਇਹ ਹਿਸਾਬ ਦੇਣ ਤੋਂ ਵਿਲਕਦੇ ਹਾਂ, ਚੜ੍ਹਦੇ ਹਾਂ, ਭੱਜਦੇ ਹਾਂ। ਪਰ ਅੱਜ ਤੱਕ ਕਰਮਾਂ ਦੇ ਫਲ ਤੋਂ, ਕਰਮਾਂ ਦੇ ਹਿਸਾਬ ਤੋਂ ਕੋਈ ਵੀ ਨਹੀਂ ਬਚ ਸਕਿਆ। ਦੁਨੀਆਂ ਦੀਆਂ ਸਾਰੀਆਂ ਬੈਂਕਾਂ ਦਾ ਉਨਾ ਵਿਆਜ ਨਹੀਂ ਮਿਲਦਾ ਜਿੰਨਾ ਕਰਮ ਦੀ ਬੈਂਕ ਦਾ ਵਿਆਜ ਮਿਲਦਾ ਹੈ। ਦੁਨੀਆਂ ਦਾ ਸਭ ਤੋਂ ਵੱਧ ਵਿਆਜ ਕਰਮ ਦੀ ਬੈਂਕ ਦਾ ਹੈ। ਜੈਸਾ ਕਰਮ ਅਸੀਂ ਬੀਜਾਂਗੇ, ਜੈਸੇ ਬੀਜ ਅਸੀਂ ਖਿਲਾਰਾਂਗੇ, ਵੈਸਾ ਹੀ ਫਲ ਅਸੀਂ ਵੱਢ ਲੈਣਾ ਹੈ, ਵੈਸਾ ਹੀ ਫਲ ਅਸੀਂ ਤੋੜ ਲੈਣਾ ਹੈ। ਇਹ ਕਰਮ ਸਿਧਾਂਤ ਦੀ ਇੱਕ ਸੱਚੀ ਅਤੇ ਕੌੜੀ ਸੱਚਾਈ ਹੈ। ਸੋ ਦੋਸਤੋ, ਬਹੁਤ ਸਾਰੇ ਲੋਕ ਬਹੁਤ ਜ਼ਿਆਦਾ ਮਾੜਾ ਸਮਾਜ ਵਿੱਚ ਵੰਡਦੇ ਹਨ। ਉਹ ਸੰਸਾਰ ਦੇ ਵਿੱਚ ਹਰ ਵਕਤ ਕੂੜਤਾ ਹੀ ਵੰਡਦੇ ਆਏ ਹਨ, ਮਾੜਾ ਹੀ ਵੰਡਦੇ ਹਨ, ਲੋਕਾਂ ਨੂੰ ਤਕਲੀਫ ਦਿੰਦੇ ਰਹੇ ਹਨ। ਸਮਾਜ ਨੂੰ ਗੰਦਾ ਕਰਨ ਵਿੱਚ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ, ਅਤੇ ਅੱਜ ਜਦੋਂ ਉਹਨਾਂ ਨੂੰ ਉਹ ਨਤੀਜੇ ਭੁਗਤਣੇ ਪਏ, ਅਤੇ ਉਹ ਆਪ ਉਹ ਕਰਮ ਭੁਗਤਣ ਤੋਂ ਭੱਜਦੇ ਦਿਖਾਈ ਦਿੱਤੇ, ਪਰ ਉਹਨਾਂ ਨੂੰ ਉਹ ਕਰਮ ਦਾ ਨਤੀਜਾ ਭੁਗਤਣਾ ਹੀ ਪਿਆ। ਪਿੱਛੇ ਜੇ ਤੁਸੀਂ ਲੇਟੈਸਟ ਇੰਟਰਵਿਊ ਸੁਣੀ ਹੋਊਗੀ ਇੱਕ ਗਾਉਣ ਵਾਲੇ, ਇੱਕ ਗਾਇਕ ਦੀ, ਜਿਸਨੂੰ ਅਸੀਂ ਹਨੀ ਸਿੰਘ ਕਹਿੰਦੇ ਹਾਂ, ਸਾਰੇ ਉਸਨੂੰ ਜਾਣਦੇ ਹਨ। ਉਸ ਨੇ ਕਿਹਾ, ਮੈਂ ਸ਼ੈਤਾਨ ਦੇ ਲਈ ਗੀਤ ਗਾਏ ਅਤੇ ਮੈਂ ਸਹੁੰ ਪਾ ਲਈ ਸੀ, ਪੰਜਾਬੀਆਂ ਦੀ ਨਸਲਾਂ ਦੇ ਵਿੱਚ ਨਸ਼ਾ ਭਰ ਦੇਵਾਂਗਾ। ਅਤੇ ਐਸਾ ਹੋਇਆ ਵੀ, ਪੰਜਾਬ ਦੇ ਵਿੱਚ ਨਸ਼ਾ ਉਸਨੇ ਸ਼ੁਰੂ ਕੀਤਾ, ਨਸ਼ੇ ਦੇ ਉੱਤੇ ਗਾਉਣਾ, ਸ਼ਰਾਬ ਦੇ ਉੱਤੇ ਗਾਉਣਾ, ਅਤੇ ਪੰਜਾਬੀ ਵਿੱਚ ਨਸ਼ਾ ਭਰਿਆ ਵੀ। ਹੁਣ ਜਿਹੜੇ ਕਹਿੰਦੇ ਹਨ ਕਿ ਗਾਉਣ ਨਾਲ ਕਿਸੇ ਕੋਈ ਅਸਰ ਨਹੀਂ ਪੈਂਦਾ, ਗਾਉਣਾ ਸੁਣਨਾ ਸੰਗੀਤ ਇਹ ਇੱਕ ਇੰਟਰਟੇਨਮੈਂਟ ਦਾ ਜ਼ਰੀਆ ਹੈ, ਸੰਗੀਤ ਕਾਵਿ ਫਿਲਮਾਂ ਇਹ ਸਾਡੇ ਸਮਾਜ ਨੂੰ ਸਿਰਜਦੀਆਂ ਹਨ, ਜੋ ਇਹਨਾਂ ਵਿੱਚ ਵਿਖਾਇਆ ਜਾਂਦਾ ਹੈ ਉਹੀ ਸਾਡੇ ਸਮਾਜ ਵਿੱਚ ਵਰਤਾਰਾ ਵਰਤਦਾ ਹੈ, ਉਸੇ ਤਰ੍ਹਾਂ ਦਾ ਹੀ ਸਾਡੇ ਸਮਾਜ ਵਿੱਚ ਘਟਣਾ ਸ਼ੁਰੂ ਹੁੰਦਾ ਹੈ। ਸਨੀ ਸਿੰਘ ਨੇ ਪੰਜਾਬ ਦੀਆਂ ਨਸਲਾਂ ਦੇ ਵਿੱਚ ਨਸ਼ਾ ਭਰਨ ਦੀ ਕੋਸ਼ਿਸ਼ ਕੀਤੀ, ਨਸ਼ਾ ਭਰਿਆ ਵੀ, ਪਰ ਉਹ ਖੁਦ ਵੀ ਬਰਬਾਦ ਹੋ ਗਿਆ, ਉਸਦਾ ਘਰ ਉੱਜੜ ਗਿਆ, ਬਿਮਾਰੀ ਦੇ ਨਾਲ ਘਿਰ ਗਿਆ, ਕਾਰੋਬਾਰ ਠੱਪ ਹੋ ਗਏ। ਅਖੀਰ 'ਤੇ ਉਸਨੂੰ ਪਰਮਾਤਮਾ ਦੇ ਵੱਲ ਮੁੜਨਾ ਪਿਆ, ਉਸਨੂੰ ਅਧਿਆਤਮਿਕਤਾ ਦੇ ਵੱਲ ਮੁੜਨਾ ਪਿਆ, ਧਰਮ ਦੇ ਵੱਲ ਮੁੜਨਾ ਪਿਆ। ਉਹ ਆਪਣੀ ਇਸ ਗਲਤੀ ਦਾ ਪਛਤਾਵਾ ਖੁਦ ਕਰਦਾ, ਮੰਨਦਾ ਉਹ ਵੀ ਮੈਂ ਇਹ ਗਲਤੀ ਕੀਤੀ ਅਤੇ ਮੇਰੇ ਨਾਲ ਬਹੁਤ ਕੁਝ ਬਾਅਦ ਵਿੱਚ ਹੋਇਆ। ਅਤੇ ਅੱਜ ਉਹ ਜਦੋਂ ਪਰਮਾਤਮਾ ਦੇ ਵੱਲ ਮੁੜ ਰਿਹਾ ਹੈ ਜਾਂ ਮੁੜਿਆ ਹੈ, ਤਾਂ ਉਸਨੇ ਇਸ ਗੱਲ ਦੇ ਖੁਲਾਸੇ ਵੀ ਕੀਤੇ ਹਨ ਕਿ ਪਹਿਲਾਂ ਸ਼ੈਤਾਨ ਦੇ ਲਈ ਗਾਉਂਦਾ ਸੀਗਾ, ਉਹ ਆਪ ਸਭ ਨੂੰ ਪਤਾ ਕਿਹੜੇ ਸ਼ੈਤਾਨ ਦੇ ਲਈ ਉਹ ਗਾਉਂਦਾ ਸੀਗਾ। ਸੋ ਹੁਣ ਗੱਲ ਦੂਸਰੇ ਪਾਸੇ ਲੈ ਕੇ ਜਾਂਦਾ, ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਬਹੁਤ ਗਲਤ ਚੀਜ਼ਾਂ ਨੂੰ ਪ੍ਰਮੋਟ ਕਰਦੇ ਆ। ਜਿਹੜੀਆਂ ਚੀਜ਼ਾਂ ਨੂੰ ਤੁਸੀਂ ਉਤਸ਼ਾਹਿਤ ਕਰੋਗੇ, ਪ੍ਰਮੋਟ ਕਰੋਗੇ, ਉਹ ਤੁਹਾਨੂੰ ਕੱਲ੍ਹ ਵੱਢਣੀਆਂ ਪੈਣੀਆਂ। ਜੇ ਤੁਸੀਂ ਗੰਦਗੀ ਨੂੰ ਪ੍ਰਮੋਟ ਕਰੋਗੇ, ਲੱਚਰਤਾ ਨੂੰ ਪ੍ਰਮੋਟ ਕਰੋਗੇ, ਮੰਦ ਬੁੱਧੀਆਂ ਨੂੰ ਪ੍ਰਮੋਟ ਕਰੋਗੇ, ਤੁਹਾਡੀਆਂ ਆਉਣ ਵਾਲੀਆਂ ਨਸਲਾਂ ਵੀ
ਉਸੇ ਤਰ੍ਹਾਂ ਦੀਆਂ ਹੀ ਹੋਣਗੀਆਂ, ਕਿਉਂਕਿ ਤੁਸੀਂ ਕਰਮ ਦੇ ਰਾਹੀਂ ਯੂਨੀਵਰਸਲ ਕਾਨੂੰਨ ਦੇ ਮੁਤਾਬਕ ਤੁਸੀਂ ਪਰਮਾਤਮਾ ਤੋਂ ਉਹ ਚੀਜ਼ ਮੰਗ ਰਹੇ ਹੋ ਜੋ ਤੁਸੀਂ ਕਦੇ ਵੀ ਨਹੀਂ ਚਾਹੋਗੇ। ਮੰਦਬੁੱਧੀ ਲੋਕਾਂ ਨੂੰ ਸਟਾਰ ਬਣਾ ਕੇ ਪੇਸ਼ ਕਰਨਾ, ਘਟੀਆ ਲੋਕਾਂ ਨੂੰ ਸਟਾਰ ਬਣਾ ਕੇ ਪੇਸ਼ ਕਰਨਾ, ਗਲਤ ਚੀਜ਼ਾਂ ਨੂੰ ਪ੍ਰਮੋਟ ਕਰਨਾ, ਇਹ ਤੁਹਾਨੂੰ ਵੱਢਣਾ ਹੀ ਪੈਣਾ, ਕਿਉਂਕਿ ਇਹ ਵੀ ਇੱਕ ਕਰਮ ਹੈ। ਕਰਮ ਹੈ ਵੀ, ਕਿਉਂਕਿ ਸਮਾਜ ਨੂੰ ਗੰਦਾ ਕਰਨਾ, ਲੋਕਾਂ ਦੇ ਵਿੱਚ ਗੰਦਗੀ ਵੰਡਣਾ, ਮਾੜਾ ਕਰਮ ਹੈ, ਭੁਗਤਣਾ ਹੀ ਪਵੇਗਾ। ਜੇਕਰ ਤੁਸੀਂ ਚੰਗਾ ਵੰਡੋਗੇ ਤਾਂ ਚੰਗਾ ਭੁਗਤੋਗੇ, ਮਾੜਾ ਵੰਡੋਗੇ ਤਾਂ ਮਾੜਾ ਭੁਗਤੋਗੇ। ਤੁਸੀਂ ਕਰਮ ਸੋਚ ਰਾਹੀਂ, ਅੱਖਾਂ ਰਾਹੀਂ, ਕੰਨਾਂ ਰਾਹੀਂ, ਬੋਲ ਰਾਹੀਂ ਕਰਦੇ ਅਤੇ ਹੱਥਾਂ ਰਾਹੀਂ ਕਰਦੇ, ਪੰਜ ਤਰ੍ਹਾਂ ਤੁਸੀਂ ਕਰਮ ਕਰਦੇ ਹੋ। ਸੋਚ ਰਾਹੀਂ, ਅੱਖਾਂ ਰਾਹੀਂ, ਕੰਨਾਂ ਰਾਹੀਂ, ਜ਼ੁਬਾਨ ਰਾਹੀਂ ਅਤੇ ਹੱਥਾਂ ਰਾਹੀਂ, ਪੰਜ ਤਰ੍ਹਾਂ ਦਾ ਕਰਮ ਅਸੀਂ ਕਰਦੇ ਹਾਂ। ਸਭ ਤੋਂ ਜੋ ਕਰਮ ਦਾ ਰਿਜ਼ਲਟ ਹੈ ਉਹ ਅਲੱਗ ਅਲੱਗ ਤਰੀਕੇ ਨਾਲ ਮਿਲਦਾ ਹੈ। ਕੁਝ ਲੋਕ ਜ਼ੁਬਾਨ ਰਾਹੀਂ ਲੋਕਾਂ ਦੀ ਚੁਗਲੀ, ਨਿੰਦਿਆ ਕਰਦੇ ਹਨ, ਗਲਤ ਚੀਜ਼ਾਂ ਨੂੰ ਬੋਲ ਬੋਲ ਕੇ ਲੋਕਾਂ ਵਿੱਚ ਵੰਡਦੇ ਹਨ, ਉਹ ਜ਼ੁਬਾਨ ਰਾਹੀਂ ਮਾੜਾ ਕਰਮ, ਅੱਖਾਂ ਰਾਹੀਂ ਕਿਸੇ ਦੀ ਚੀਜ਼ ਉੱਤੇ ਮਾੜੀ ਨਜ਼ਰ ਰੱਖਣਾ, ਕਿਸੇ ਦੀ ਇੱਜ਼ਤ 'ਤੇ ਮਾੜੀ ਨਜ਼ਰ ਰੱਖਣਾ, ਕਿਸੇ ਲਈ ਮਾੜਾ ਮਾੜਾ ਦੇਖਣਾ, ਕੁਝ ਮਾੜਾ ਵਿਖਾਉਣਾ, ਇਹ ਵੀ ਅੱਖਾਂ ਰਾਹੀਂ ਕੀਤਾ ਕਰਮ ਹੈ। ਕੰਨਾਂ ਰਾਹੀਂ ਕਰਮ ਮਾੜਾ ਕਰਨਾ, ਕਿਸੇ ਦੀ ਚੁਗਲੀ ਨਿੰਦਿਆ ਸੁਣਨੀ, ਚੁਗਲੀ ਨਿੰਦਿਆ ਸੁਣ ਕੇ ਉਸਨੂੰ ਪ੍ਰਸਾਦ ਕਰਨਾ, ਉਸਨੂੰ ਹੌਂਸਲਾ ਦੇਣਾ, ਇਹ ਕੰਨਾਂ ਰਾਹੀਂ ਕੀਤਾ ਹੋਇਆ ਮਾੜਾ ਕਰਮ ਹੈ। ਜ਼ੁਬਾਨ ਦੇ ਰਾਹੀਂ ਕੀਤਾ ਹੋਇਆ ਮਾੜਾ ਕਰਮ, ਲੋਕਾਂ ਨੂੰ ਭੰਡਣਾ, ਲੋਕਾਂ ਵਿੱਚ ਗਲਤ ਪ੍ਰਚਾਰ ਕਰਨਾ, ਗਲਤ ਬੋਲਣਾ, ਗਲਤ ਹੀ ਸੁਣਾਉਣਾ, ਗਲਤੀਆਂ 'ਤੇ ਗਲਤੀਆਂ ਜ਼ੁਬਾਨ ਦੇ ਰਾਹੀਂ ਕਰਨੀਆਂ, ਇੱਕ ਜ਼ੁਬਾਨ ਰਾਹੀਂ ਕੀਤਾ ਮਾੜਾ ਕਰਮ ਹੈ। ਹੱਥਾਂ ਰਾਹੀਂ ਕਿਸੇ ਨੂੰ ਕਸ਼ਟ ਦੇਣਾ, ਕਿਸੇ ਦੇ ਕੰਮ ਵਿੱਚ ਵਿਘਨ ਪੈਦਾ ਕਰਨਾ, ਹੱਥਾਂ ਰਾਹੀਂ ਕਿਸੇ ਦੇ ਕੰਮ ਦੇ ਵਿੱਚ ਅੜਚਣ ਖੜੀ ਕਰਨੀ, ਕਿਸੇ ਦੇ ਰਾਹ ਵਿੱਚ ਖਿਲਾਰੇ ਖੜੇ ਕਰਨੇ, ਇਹ ਹੱਥਾਂ ਰਾਹੀਂ ਕੀਤਾ ਗਿਆ ਮਾੜਾ ਕਰਮ ਹੁੰਦਾ ਹੈ। ਉਸ ਤੋਂ ਬਾਅਦ ਆ ਗਿਆ ਜੀ ਸੋਚ ਰਾਹੀਂ, ਸਭ ਤੋਂ ਮਾੜਾ ਕਰਮ ਵੱਧ ਸੋਚ ਰਾਹੀਂ ਕਰਦੇ ਹਾਂ। ਅਸੀਂ ਸੋਚਦੇ ਹਾਂ ਫਲਾਣੇ ਦਾ ਮਾੜਾ ਹੋ ਜੇ, ਫਲਾਣੇ ਦਾ ਆਹ ਹੋ ਜੇ, ਫਲਾਣੇ ਨਾਲ ਇੰਝ ਹੋ ਜੇ, ਅਸੀਂ ਸੋਚ ਰਹੇ ਸਭ ਤੋਂ ਵੱਧ ਮਾੜੇ ਕਰਮ ਕਰਦੇ ਹਾਂ। ਇਹ ਮਾੜੇ ਕਰਮ ਦਾ ਨਤੀਜਾ ਸਾਨੂੰ ਭੁਗਤਣਾ ਹੀ ਪਵੇਗਾ, ਚਾਹੇ ਹੱਸ ਕੇ ਭੁਗਤ ਲਵੋ, ਚਾਹੇ ਰੋ ਕੇ ਭੁਗਤ ਲਵੋ, ਇਹ ਭੁਗਤਣਾ ਹੀ ਪੈਣਾ ਹੈ। ਆਪ ਸਭ ਨੂੰ ਅੱਜ ਨਹੀਂ ਤਾਂ ਕੱਲ੍ਹ ਇਹ ਕਰਮ ਦੇ ਸਿਧਾਂਤ ਨੂੰ ਸਮਝਣਾ ਪੈਣਾ ਹੈ। ਜਿਸ ਕਿਸੇ ਇਨਸਾਨ ਨੇ ਕਰਮ ਦੇ ਸਿਧਾਂਤ ਨੂੰ, ਕਰਮ ਦੇ ਇਸ ਕੰਮ ਨੂੰ ਸਮਝ ਲਿਆ, ਕਰਮ ਦੀ ਪ੍ਰਕਿਰਿਆ ਨੂੰ ਸਮਝ ਲਿਆ, ਉਹ ਇਨਸਾਨ ਗਲਤੀ ਨਾਲ ਵੀ ਕਿਸੇ ਦਾ ਮਾੜਾ ਨਹੀਂ ਕਰੇਗਾ, ਉਹ ਸੋਚ ਵਿੱਚ ਕਦੇ ਕਿਸੇ ਦਾ ਮਾੜਾ ਨਹੀਂ ਲੈ ਕੇ ਆਵੇਗਾ, ਖਿਆਲ ਵਿੱਚ ਕਿਸੇ ਦਾ ਮਾੜਾ ਨਹੀਂ ਲੈ ਕੇ ਆਵੇਗਾ। ਸੋ ਜਿਨ੍ਹਾਂ ਨੇ ਚੰਗਾ ਵੰਡਿਆ ਹੈ ਸਮਾਜ ਨੂੰ, ਜਿਨ੍ਹਾਂ ਨੇ ਚੰਗਾ ਕਰਮ ਦਿੱਤਾ ਹੈ, ਉਹ ਲੋਕ ਸਦਾ ਹੀ ਅਗਾਂਹ ਵੱਧਦੇ ਵੇਖੋਗੇ, ਉਹਨਾਂ ਦੀ ਤਰੱਕੀ ਤੁਸੀਂ ਵੇਖੋਗੇ। ਅੱਜ ਦਾ ਸਮਾਜ ਕੀ ਆ, ਜਦੋਂ ਅਸੀਂ ਕੋਈ ਤਰੱਕੀ ਕਰਦਾ ਤਾਂ ਅਸੀਂ ਉਸ ਨੂੰ ਮਾੜਾ ਬੋਲਦੇ ਹਾਂ, ਕਿਉਂਕਿ ਅਸੀਂ ਅਗਿਆਨੀ ਹਾਂ, ਸਾਡੇ ਅੰਦਰ ਸਾੜੇ ਇੰਨੇ ਭਰ ਚੁੱਕੇ ਹਨ ਕਿ ਅਸੀਂ ਕਿਸੇ ਦੀ ਤਰੱਕੀ ਨਹੀਂ ਦੇਖ ਸਕਦੇ, ਅਸੀਂ ਕਿਸੇ ਨੂੰ ਅੱਗੇ ਵਾਧਾ ਨਹੀਂ ਦੇਖ ਸਕਦੇ। ਜੇ ਕੋਈ ਮਾੜਾ ਕਰਮ ਕਰ ਰਿਹਾ ਹੈ, ਉਹ ਉਸਦਾ ਕੰਮ ਹੈ, ਉਸਦਾ ਕਰਮ ਹੈ, ਉਹ ਕਰੇਗਾ ਤੂੰ ਭਰੇਗਾ, ਆਪਾਂ ਕਿਉਂ ਉਦਾਸ ਬੈਠ ਕੇ, ਆਪਾਂ ਕਿਉਂ ਚਿੰਤਾ ਕਰੀਏ। ਸੋ ਕਿਸੇ ਦੇ ਮਾੜੇ ਕਰਮ ਦੇ ਵਿੱਚ ਉਸਦੇ ਭਾਗੀਦਾਰ ਨਾ ਬਣੋ, ਉਸਦੇ ਸੰਜੋਗੀ ਨਾ ਬਣੋ, ਨਹੀਂ ਤਾਂ ਤੁਹਾਨੂੰ ਵੀ ਉਸ ਦੇ ਨਤੀਜੇ ਭੁਗਤਣੇ ਪੈਣਗੇ। ਇਸ ਦੇ ਪਿੱਛੇ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦੱਸਦਾ ਹਾਂ। ਜਦੋਂ ਕੋਈ ਇਨਸਾਨ ਤੁਹਾਡੇ ਕੋਲ ਚੁਗਲੀ ਕਰਦਾ ਹੈ, ਨਿੰਦਿਆ ਕਰਦਾ ਹੈ, ਕਿਸੇ ਨੂੰ ਭਾਂਡਦਾ ਹੈ, ਕਿਸੇ ਨੂੰ ਮਾੜਾ ਚੰਗਾ ਬੋਲਦਾ ਹੈ, ਉਸੇ ਇਨਸਾਨ ਨੂੰ ਉਸੇ ਜਗ੍ਹਾ ਹੀ ਟੋਕ ਦੇਵੋ ਅਤੇ ਉਸਦੀ ਗੱਲ ਨੂੰ ਨਾ ਸੁਣੋ, ਉਸਨੂੰ ਉਸੇ ਤਰ੍ਹਾਂ ਹੀ ਰੋਕ ਦਿਓ, ਉਸੇ ਵਕਤ ਰੋਕ ਦਿਓ, ਤੁਹਾਡਾ ਕਰਮ ਮਾੜਾ ਬੰਤ ਰੁਕ ਜਾਵੇਗਾ। ਜੇ ਕੋਈ ਇਨਸਾਨ ਕੁਛ ਕੁਛ
ਗਲਤ ਸੋਚਦਾ ਹੈ, ਕਿਸੇ ਬਾਰੇ ਗਲਤ ਸੋਚਦਾ, ਉਸਨੂੰ ਸਮਝਾ ਦਿਓ ਭਾਈ ਇਹ ਤੇਰਾ ਕਰਮ ਹੈ, ਇਹ ਤੈਨੂੰ ਭੁਗਤਣਾ ਪਵੇਗਾ। ਨਾ ਸੋਚ, ਸਭ ਦਾ ਭਲਾ ਮੰਗੋ, ਸਭ ਲਈ ਚੰਗਾ ਸੋਚੋ, ਸਭ ਲਈ ਚੰਗਾ ਬੋਲੋ, ਅੱਗੇ ਵਧਣ ਹੋਰ ਵਧਣ ਦਿਓ, ਲੱਤਾਂ ਨਾ ਖਿੱਚੋ, ਸਹਿਯੋਗ ਕਰੋ, ਭਾਈਵਾਲੀ ਬਣਾ ਕੇ ਰੱਖੋ, ਤੁਹਾਡੀ ਜ਼ਿੰਦਗੀ ਆਪਣੇ ਆਪ ਬਦਲ ਜਾਏਗੀ, ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਖੇਡਣਗੀਆਂ। ਕਰਮ ਦਾ ਬੀਜਿਆ ਤੁਹਾਨੂੰ ਵੱਢਣਾ ਹੀ ਪੈਣਾ, ਕਰਮ ਦੀ ਖੇਤੀ ਹੈ। ਅਸੀਂ ਕਹਿ ਦਿੰਦੇ ਹਾਂ ਯਾਰ ਮੈਂ ਤਾਂ ਕਦੇ ਕਿਸੇ ਦਾ ਮਾੜਾ ਕੀਤਾ ਹੀ ਨਹੀਂ ਅਤੇ ਮੇਰੇ ਨਾਲ ਮਾੜਾ ਹੋ ਕਿਉਂ ਰਿਹਾ। ਮਾੜਾ ਅਸੀਂ ਕੀਤਾ ਹੁੰਦਾ ਹੈ ਪਰ ਅਸੀਂ ਆਪਣੇ ਕਰਮ ਨੂੰ ਮੰਨਣ ਤੋਂ ਭੱਜਦੇ ਹਾਂ, ਇਨਕਾਰੀ ਹੋ ਜਾਂਦੇ ਹਾਂ। ਅਸੀਂ ਸਭ ਨੂੰ ਸਾਨੂੰ ਸਭ ਨੂੰ ਪਤਾ ਹੁੰਦਾ ਹੈ ਕਿ ਅਸੀਂ ਕਿਸੇ ਦਾ ਮਾੜਾ ਕੀਤਾ ਹੈ, ਉਹ ਸਾਡਾ ਅੰਦਰ ਜਾਣਦਾ ਹੁੰਦਾ ਹੈ। ਅਸੀਂ ਕਿਸੇ ਦਾ ਮਾੜਾ ਕੀਤਾ ਹੈ ਤਾਂ ਸਾਡੇ ਨਾਲ ਮਾੜਾ ਹੋ ਰਿਹਾ। ਅਸੀਂ ਬਾਹਰ ਸਮਾਜ ਤੋਂ ਹਮਦਰਦੀ ਲੈਣ ਦੇ ਵਾਸਤੇ ਅਸੀਂ ਇਹ ਗੱਲ ਕਹਿੰਦੇ ਹਾਂ ਯਾਰ ਮੈਂ ਤਾਂ ਕਿਸੇ ਦਾ ਮਾੜਾ ਹੀ ਨਹੀਂ ਕੀਤਾ ਅਤੇ ਮੇਰੇ ਨਾਲ ਮਾੜਾ ਹੋ ਕੇ ਹੋ ਰਿਹਾ। ਮਾੜਾ ਤੁਹਾਡੇ ਨਾਲ ਤਦ ਹੀ ਹੋਵੇਗਾ ਜਦ ਤੁਸੀਂ ਮਾੜਾ ਕੀਤਾ ਹੋਵੇਗਾ, ਅਦਰਵਾਈਜ਼ ਤੁਹਾਡੇ ਨਾਲ ਕਦੇ ਵੀ ਮਾੜਾ ਨਹੀਂ ਹੋਵੇਗਾ। ਜੇ ਤੁਸੀਂ ਬੀਜ ਚੰਗੇ ਖਿਲਾਰੇ ਹੋਣਗੇ, ਜੇਕਰ ਤੁਸੀਂ ਬੀਜ ਅੰਬ ਦੇ ਖਿਲਾਰੇ ਹੋਣਗੇ, ਜਾਮਨ ਦੇ ਖਿਲਾਰੇ ਹੋਣਗੇ, ਫਲਾਂ ਫਰੂਟਾਂ ਦੇ ਖਿਲਾਰੇ ਹੋਣਗੇ ਤਾਂ ਫਲ ਹੀ ਉੱਗਣਗੇ। ਜੇ ਤੁਸੀਂ ਕੰਢੇ ਹੀ ਬੀਜਦੇ ਹੋਣਗੇ, ਕੰਢਿਆਂ ਦੇ ਬੀਜ ਖਿਲਾਰੇ ਹੋਣਗੇ, ਕਿੱਕਰਾਂ ਦੇ ਬੀਜ ਖਿਲਾਰੇ ਹੋਣਗੇ ਅਤੇ ਤੁਹਾਡੀ ਜ਼ਿੰਦਗੀ 'ਚ ਕਿੱਕਰਾਂ ਹੀ ਮੱਥੇ ਲੱਗਣਗੀਆਂ, ਅੱਕ ਦੇ ਬੀਜ ਖਿਲਾਰੋਗੇ ਅਤੇ ਅੱਕ ਹੀ ਮੱਥੇ ਲੱਗਣਗੇ। ਸੋ ਦੋਸਤੋ, ਕਦੇ ਵੀ ਕਰਮ ਦਾ ਕੀਤਾ ਖਾਲੀ ਨਹੀਂ ਜਾਂਦਾ, ਕਰਮ ਤੁਹਾਨੂੰ ਭੁਗਤਣਾ ਹੀ ਪੈਣਾ, ਕਰਮ ਤੁਹਾਡਾ ਕਰੇਗਾ ਹੀ ਕਰੇਗਾ। ਸੋ ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ, ਸਾਡੇ ਨਾਲ ਬਣੇ ਰਹੋ।